It's just a principle to print. Madam, somebody. ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ 13 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਜਿਹਦੇ ਵਿੱਚ ਟੈਕਨੀਕਲ ਦੀ ਅਸੀਂ ਗੱਲ ਕਰ ਲਈਏ, ਸਮਾਰਟ ਕਲਾਸਿਸ ਦੀ ਅਸੀਂ ਗੱਲ ਕਰ ਲਈਏ, ਐਕਟੀਵਿਟੀਜ਼ ਦੀ ਗੱਲ ਕਰ ਲਈਏ, ਸਾਰੀ ਸਟੂਡੈਂਟਸ ਵਾਸਤੇ ਸੁਵਿਧਾਵਾਂ ਜਿਹੜੀ ਹੈ ਉਹ ਦਿੱਤੀ ਜਾਣਗੀ। ਲੁਧਿਆਣਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਹਰਜੋਤ ਸਿੰਘ ਬੈਂਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਸਕੂਲ 'ਚ ਲਗਾਤਾਰ ਜਿਹੜੀ ਹੈ ਸਟੂਡੈਂਟਸ ਵਾਸਤੇ ਫੈਸਿਲਿਟੀਜ਼, ਮੋਹਾਲੀ ਦੀ ਅਸੀਂ ਗੱਲ ਕਰੀਏ, ਸਕੂਲ ਆਫ ਐਵੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। MLA ਕੁਲਵੰਤ ਸਿੰਘ ਜੀ ਸਾਡੇ ਨਾਲ ਨੇ। ਐਮਐਲਏ ਸਾਹਿਬ, ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਐਕਟੀਵਿਟੀਜ਼ ਨੂੰ ਲੈ ਕੇ, ਸਮਾਰਟ ਕਲਾਸਿਸ ਨੂੰ ਲੈ ਕੇ, ਕਾਫੀ ਚੀਜ਼ਾਂ ਨੂੰ ਲੈ ਕੇ ਸਕੂਲ ਆਫ ਐਮੀਨੈਂਸ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ। 13 ਸਕੂਲ ਆਫ ਐਮੀਨੈਂਸ ਅੱਜ ਦਿਨ ਜਿਹੜੇ ਹੈਗੇ ਸ਼ੁਰੂਆਤ ਕੀਤੀ ਜਾ ਰਹੀ ਹੈ। ਮੋਹਾਲੀ ਦੀ ਅਸੀਂ ਗੱਲ ਕਰ ਲਈਏ, ਕਿਸ ਤਰ੍ਹਾਂ ਦੀ ਸੁਵਿਧਾ? ਮੈਂ ਪੰਜਾਬ ਵਾਸੀਆਂ ਨੂੰ ਔਰ ਮੋਹਾਲੀ ਵਾਸੀਆਂ ਨੂੰ ਪਹਿਲਾਂ ਹੀ ਕਹਿ ਚੁੱਕਿਆ, ਮੁਬਾਰਕਾਂ ਦੇ ਚੁੱਕਿਆ। ਅੱਜ ਬੜਾ ਵੱਡਾ ਦਿਨ ਆ ਸਾਡੇ ਲਈ, ਮੋਹਾਲੀ ਦੇ ਵਿੱਚ ਜਿਹੜਾ ਸਕੂਲ ਆਫ ਐਮੀਨੈਂਸ ਆ ਜਿਹੜਾ ਉਹ ਸ਼ੁਰੂ ਹੋ ਰਿਹਾ, ਔਰ ਮਾਂ ਜੋ ਭਗਵੰਤ ਸਿੰਘ ਮਾਂ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਇਹਨਾਂ ਸਕੂਲਾਂ ਦਾ ਉਦਘਾਟਨ ਕਰ ਰਹੇ ਨੇ ਲੁਧਿਆਣੇ ਤੋਂ, ਔਰ ਮੈਂ ਇਹ ਸਮਝਦਾ ਵੀ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਹਰ ਇੱਕ ਵਾਅਦਾ ਜਿਹੜਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਜਿਹੜਾ ਵਾਅਦਾ ਹੈ, ਜਿਹੜਾ ਹਰ ਇੱਕ ਗਰੰਟੀ ਆ ਉਹ ਪੂਰੀ ਕਰ ਦਿੱਤੀ ਜਾਊਗੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਅਰਵਿੰਦ ਕੇਜਰੀਵਾਲ ਜੀ ਵੱਲੋਂ। ਸਰ, ਸਮਾਰਟ ਕਲਾਸਿਸ ਦੀ ਅਸੀਂ ਗੱਲ ਕਰ ਲਈਏ, ਜਿੱਦਾਂ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੀ ਹੋਰ ਸਟੂਡੈਂਟਸ ਵਾਸਤੇ ਪਲੇ ਗਰਾਊਂਡ ਦੀ, ਐਕਟੀਵਿਟੀਜ਼ ਦੀ ਜਾਂ ਸਮਾਰਟ ਕਲਾਸਿਸ ਦੀ ਅਸੀਂ ਗੱਲ ਕਰ ਲਈਏ? ਹਰ ਤਰ੍ਹਾਂ ਦਾ ਜਿਹੜੀ ਇੱਥੇ ਐਕਟੀਵਿਟੀ ਰੱਖੀ ਗਈ ਹੈ, ਪਲੇ ਗਰਾਊਂਡ ਰੱਖਿਆ ਗਿਆ ਹੈ, ਔਰ ਕਿਆ ਕਹਿੰਦੇ ਆ ਲਾਇਬ੍ਰੇਰੀ ਰੱਖੀਆਂ ਗਈਆਂ ਨੇ, ਔਰ ਨਾਲ ਹੀ ਯੋਗਾ ਕਲਾਸਿਸ ਵੀ ਹੋਣਗੀਆਂ, ਔਰ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਕੂਲ ਆਫ ਐਮੀਨੈਂਸ ਦੇ ਵਿੱਚ ਦਿੱਤੀਆਂ ਜਾਣਗੀਆਂ। ਠੀਕ ਹੈ, ਤਾਂ ਕਿਸ ਤਰ੍ਹਾਂ ਦੀ ਪ੍ਰਾਇਓਰਟੀ ਰਹਿਣ ਵਾਲੀ, ਕਿਉਂਕਿ ਸਕੂਲ ਆਫ ਐਮੀਨੈਂਸ ਯਾਨੀ ਕਿ ਜਿਹੜੇ ਕੁਆਲੀਫਾਈ ਕਰਨਗੇ, ਜਿਹੜੇ ਇੰਟੈਲੀਜੈਂਟ ਸਟੂਡੈਂਟ ਹੋਣਗੇ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਮੋਹਾਲੀ ਦੇ, ਕਿਉਂਕਿ ਆਬਵੀਅਸਲੀ ਹੱਬ ਹੈ, ਇੱਕ ਹੱਬ ਹੈ, ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ ਸੀ, ਹੈਲਥ ਦੀ ਤੁਸੀਂ ਗੱਲ ਕੀਤੀ ਸੀ, ਹੁਣ ਹੋਰ ਕੀ ਪ੍ਰਾਇਓਰਟੀ ਰਹਿਣ ਵਾਲੀ? ਦੇਖੋ, ਮੈਂ ਇਹ ਕਹਿੰਦਾ ਵੀ ਸਭ ਤੋਂ ਪਹਿਲਾਂ ਹੈਲਥ ਅਤੇ ਉਸ ਤੋਂ ਬਾਅਦ ਫਿਰ ਐਜੂਕੇਸ਼ਨ, ਦੋ ਚੀਜ਼ਾਂ ਨੇ ਜਿਹੜੀਆਂ ਸਮਾਜ ਦੀਆਂ ਸਾਡੇ ਦੀਆਂ ਰੀੜ੍ਹ ਦੀ ਹੱਡੀ ਹੁੰਦੀਆਂ ਨੇ, ਔਰ ਮੈਂ ਇਹ ਚਾਹੁੰਦਾ ਵੀ ਜੇ ਹੈਲਥ ਠੀਕ ਆ ਤਾਂ ਸਮਾਜ ਨਰੋਆ ਹੈ ਤਾਂ ਆਪਣੇ ਦੇਸ਼ ਦੀ ਰਾਖੀ ਵੀ ਕਰ ਸਕਦਾ, ਔਰ ਦੂਸਰੀ ਗੱਲ ਆ ਅਤੇ ਹੈਲਥ ਤੋਂ ਬਾਅਦ ਐਜੂਕੇਸ਼ਨ ਆ, ਅਤੇ ਇੱਕ ਪੜ੍ਹਿਆ ਲਿਖਿਆ ਜਿਹੜਾ ਸਮਾਜ ਆ, ਪੜ੍ਹਿਆ ਲਿਖਿਆ ਜਿਹੜਾ ਸਮਾਜ ਉਹੀ ਨਿੱਗਰ ਸਮਾਜ ਬਣ ਸਕਦਾ ਅਤੇ ਉਹੀ ਲੋਕਾਂ ਨੂੰ ਮਤਲਬ ਜਿਹੜੀ ਸੇਧ ਉਹ ਦੇ ਸਕਦਾ। ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਕੋਸ਼ਿਸ਼ ਕੀਤੀ ਹੈ ਐਜੂਕੇਸ਼ਨ ਤੇ ਹੈਲਥ, ਐਜੂਕੇਸ਼ਨ ਦੀ ਅਸੀਂ ਗੱਲ ਕਰ ਲਈਏ, ਸਮਾਰਟ ਕਲਾਸਿਸ ਦੇ ਨਾਲ ਨਾਲ ਸਾਰੀ ਐਕਟੀਵਿਟੀਜ਼ ਦੀ ਅਸੀਂ ਗੱਲ ਕਰ ਲਈਏ, ਯੋਗਾ ਦੀ ਜਿੱਦਾਂ ਸਰ ਨੇ ਦੱਸਿਆ, ਹੋਰ ਟੈਕਨੀਕਲੀ ਕਾਫੀ ਸਟਰੋਂਗ ਜਿਹੜਾ ਉਹ ਕੀਤਾ ਗਿਆ ਕਿ ਸਟੂਡੈਂਟਸ ਨੂੰ, ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ, ਪ੍ਰਾਈਵੇਟ ਸਕੂਲ ਦੇ ਨਾ ਜਾ ਕੇ ਸਰਕਾਰੀ ਸਕੂਲ 'ਚ, ਕਿਉਂਕਿ ਕਈ ਵਾਰੀ ਹੁੰਦਾ ਕਿ ਪ੍ਰਾਈਵੇਟ ਸਕੂਲ 'ਚ ਜ਼ਿਆਦਾ ਉਹ ਦਿੱਤਾ ਜਾਂਦਾ ਕਿ ਪ੍ਰਾਈਵੇਟ ਸਕੂਲ 'ਚ ਕਾਫੀ ਐਕਟੀਵਿਟੀਜ਼ ਹੈ ਜਾਂ ਕਾਫੀ ਫੈਸਿਲਿਟੀਜ਼ ਜਿਹੜੀ ਦਿੱਤੀ ਜਾ ਰਹੀ ਹੈ, ਲੇਕਿਨ ਹੁਣ ਪੰਜਾਬ ਸਰਕਾਰ ਇਹੀ ਕੋਸ਼ਿਸ਼ ਕਰ ਰਹੀ ਹੈ ਸਕੂਲ ਆਫ ਐਮੀਨੈਂਸ ਦੇ ਚੱਲਦੇ ਕਿ ਸਾਰੀ ਸੁਵਿਧਾਵਾਂ, ਸਾਰੀ ਫੈਸਿਲਿਟੀ ਜਿਹੜੀ ਹੈ ਉਹ ਸਟੂਡੈਂਟਸ ਨੂੰ, ਜਿਹੜੇ ਵੀ ਪੜ੍ਹਨ ਵਾਲੇ ਹੈ ਉਹਨਾਂ ਨੂੰ ਦਿੱਤੀ ਜਾਵੇ। ਸਕੂਲ ਆਫ ਐਮੀਨੈਂਸ ਦਾ ਮਕਸਦ ਇਹੀ ਹੈ ਕਿ ਸਾਰੀ ਚੀਜ਼ਾਂ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀ ਕੋਈ ਕਲਾਸਰੂਮਸ ਹੈ ਜਾਂ ਫਿਰ ਲਾਇਬ੍ਰੇਰੀ ਦੀ ਅਸੀਂ ਗੱਲ ਕਰ ਲਈਏ, ਸਮਾਰਟ ਕਲਾਸਿਸ ਦੀ ਅਸੀਂ ਗੱਲ ਕਰ ਲਈਏ, ਸਾਰੀ ਚੀਜ਼ਾਂ 'ਚ ਕਈ ਜਿਹੜੀ ਹੈਗੀ ਹੈ ਉਹ ਸੁਵਿਧਾਵਾਂ ਦਿੱਤੀ ਜਾਣ। ਚੰਡੀਗੜ੍ਹ ਦੇ ਨਾਲ ਲੱਗਦੇ ਬਿਲਕੁਲ ਮੋਹਾਲੀ ਦੇ 11 ਫੇਸ 'ਚ ਸਕੂਲ ਆਫ ਐਮੀਨੈਂਸ ਦੀ ਇਹ ਸ਼ੁਰੂਆਤ ਕੀਤੀ ਗਈ ਹੈ, ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ। 13 ਸਕੂਲ ਆਫ ਐਮੀਨੈਂਸ ਦੀ ਅੱਜ ਉਦਘਾਟਨ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾ ਰਿਹਾ, ਲੁਧਿਆਣਾ ਦੇ ਵਿੱਚ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ। ਦੂਜੇ ਪਾਸੇ ਮੋਹਾਲੀ ਦੇ ਵਿੱਚ ਸਕੂਲ ਆਫ ਐਮੀਨੈਂਸ ਦੀ ਅਸੀਂ ਗੱਲ ਕਰ ਲਈਏ, ਫੇਜ਼ 11 ਦੇ ਵਿੱਚ ਬਣਾਇਆ ਗਿਆ, ਬਹੁਤ ਵੱਡੀ ਬਿਲਡਿੰਗ ਹੈ, ਕਲਾਸਰੂਮ ਦੇ ਨਾਲ ਨਾਲ ਕਾਫੀ ਚੀਜ਼ਾਂ ਜਿਹੜੀ ਹੈਗੀ ਹੈ, ਸਮਾਰਟ ਕਲਾਸਿਸ, ਹੋਰ ਵੀ ਕਈ ਚੀਜ਼ਾਂ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ, ਔਰ ਜਲਦੀ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਦਾਖਲਾ ਲੈ ਸਕਣਗੇ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।